ਵੀ ਇੱਦਾਂ ਕਰਕੇ ਇੱਕ ਲੁਧਿਆਣੇ ਦਾ ਸ਼ਖਸ ਹੈਗਾ ਵੀ ਉਹ ਬੰਦੇ ਨੇ ਮੇਰੇ ਨਾਲ ਬਲੈਕਮੇਲ ਵੀ ਕੀਤਾ ਉਹਨੇ ਕੁੜੀ ਨੂੰ ਮੇਰੇ ਤੇ ਉਮੀਦ ਸੀਗੀ ਵੀ ਹਾਂ ਤੇ ਉਮੀਦ ਸੱਚੀ ਵੀ ਤਾਂ ਨਿਕਲੀ ਹੈ ਤੇ ਮੈਂ ਆਪਣੇ ਸ਼ਹਿਰ ਦੇ ਮੁੰਡਿਆਂ ਨਾਲ ਲੜਦਾ ਫਿਰਦਾ ਉਹਦੇ ਪਿੱਛੇ ਕੋਲ ਕਾਰਵਾਈ ਕਰਾਵਾਂਗੇ ਜੇ ਅਗਲਾ ਨਹੀਂ ਮੰਨਦਾ ਜਿਹੜੀਆਂ ਵੀ ਇਹਦੀਆਂ ਫੋਟੋਆਂ ਨੇ ਜਾਂ ਕੁਛ ਵੀ ਆ ਉਹ ਅੱਜ ਤੋਂ ਬਾਅਦ ਕੋਈ ਡਾਟ ਟ੍ਰਾਂਸਫਰ ਨਹੀਂ ਹੋਊਗਾ ਜੇ ਕਰੂਗਾ ਤਾਂ ਇਹਤੇ 276 ਦਾ ਪਰਚਾ ਕਰਾਏ ਅਗਲੀ ਦੀ ਵੀ ਗਲਤੀ ਹੈ ਕੋਈ ਇੱਦਾਂ ਨਹੀਂ ਵੀ ਉਹ ਮੁੰਡੇ ਦੀ ਗਲਤੀ ਹੈ ਮੈਂ ਹੁਣ ਵੀ ਸ਼ਰੇਆਮ ਕੈਮਰੇ 'ਤੇ ਕਹਿਣਾ ਜਿੰਨੀ ਕੁ ਮੇਰੇ ਤੋਂ ਜਿਹਦੀ ਮਦਦ ਹੋ ਸਕਦੀ ਹੈ ਮੈਂ ਕਰੂੰਗਾ ਡੇਰੇ ਦੀ ਵੀ ਬੜੀ ਗੱਲ ਉੱਠੀ ਸੀ ਵੀ ਕਹਿੰਦੇ ਵੀ ਡੇਰੇ 'ਤੇ ਘਪਲਾ ਹੋ ਰਿਹਾ ਗਾ ਮੇਰਾ ਹਜੇ ਐਡਾ ਲੈਵਲ ਹੋਇਆ ਨਹੀਂ ਵੀ ਮੈਂ ਕਿਸੇ ਦੇ ਲੱਖਾਂ ਲੋਕਾਂ ਦੀ ਆਸਥਾ ਜਿੱਥੇ ਜੁੜੀ ਹੋਈ ਹੈ ਠੀਕ ਹੈ ਮੈਂ ਉਸ ਦਰਬਾਰ ਬਾਰੇ ਗਲਤ ਕੋਈ ਬਿਆਨ ਦੇਵਾਂ ਮੇਰੇ ਸਿਰ 'ਤੇ ਪੱਗ ਬੰਨੀ ਹੈ ਮੇਰੇ ਸਿਰ 'ਤੇ ਦਮਾਲਾ ਵਾ ਮੈਂ ਰਾਤ ਵੀ ਜਗਰਾਤੇ ਸੀ ਅਤੇ ਮੈਂ ਭੰਗੜਾ ਵੀ ਪਾਇਆ ਜੇ ਅੱਜ ਮੰਦਰ ਜਾਣਾ ਗਨਾਹ ਤਾਂ ਫਿਰ ਉਹ ਗੁਰੂ ਤੇਗ ਬਹਾਦਰ ਜੀ ਬਾਰੇ ਉਹਨਾਂ ਨੇ ਤਾਂ ਕੀ ਸੋਚਣਾ ਸੀ ਅੱਜ ਦੇ ਫੇਸਬੁੱਕੀਆਂ ਨੇ ਫੇਸਬੁੱਕ ਅਸੀਂ ਵੀ ਚਲਾਉਂਦੇ ਹਾਂ ਅਸੀਂ ਆਪਣੇ ਰੁਜ਼ਗਾਰ ਲਈ ਚਲਾਉਂਦੇ ਹਾਂ ਜਿਹੜੇ ਉਹ ਤੋਂ ਪੈਸੇ ਬਣਦੇ ਆ ਉਹਨੂੰ ਸੇਵਾ 'ਚ ਵਰਤਦੇ ਹਾਂ ਔਡਰ ਨੰਬਰ 'ਤੇ ਕਿਸੇ ਕੁੜੀ ਦਾ ਮੈਸੇਜ ਆਉਂਦਾ ਔਡਰ ਦੇ ਲਈ ਅਤੇ ਉਹਨੂੰ ਮੈਂ ਗਲਤ ਮਿਸਯੂਜ਼ ਕਰਾਂ ਮੇਰੇ ਲਈ ਬੜੀ ਘਟੀਆ ਗੱਲ ਇੱਕ ਆਪਣੀ ਪ੍ਰੋਪਰ ਪੂਰੀ ਜ਼ਿੰਦਗੀ ਕਿਸੇ ਦੇ ਹੱਥ 'ਚ ਦੇ ਦਿੰਦੇ ਹੋ ਤੁਸੀਂ 4 ਫੋਟੋਆਂ ਭੇਜ ਕੇ ਫਿਰ ਉਹ ਜਿਵੇਂ ਨਚਾਉਂਦਾ ਅਗਲਾ ਤੁਸੀਂ ਨੱਚਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲਗਾਤਾਰ ਸੋਸ਼ਲ ਮੀਡੀਆ ਤੇ ਨਕੋਦਰ ਦਰਬਾਰ ਨੂੰ ਲੈ ਕੇ ਟਿੱਪਣੀਆਂ ਹੋ ਰਹੀਆਂ ਬੀਤੇ ਦਿਨ ਵੀ ਟਿੱਪਣੀਆਂ ਹੋਈਆਂ ਨਕੋਦਰ ਦਰਬਾਰ ਤੇ ਲਾਡੀ ਸ਼ਾਹ ਬਾਰੇ ਵੀ ਜਿਹੜੀਆਂ ਟਿੱਪਣੀਆਂ ਹੋਈਆਂ ਤਾਂ ਉਸ ਤੋਂ ਬਾਅਦ ਇੱਕ ਨਕੋਦਰ ਦਰਬਾਰ ਨੂੰ ਲੈ ਕੇ ਇੱਕ ਮਹਿਲਾ ਦੇ ਨਾਲ ਜਿਹੜੀ ਹੈ ਉਹ ਠੱਗੀ ਕੀਤੀ ਗਈ ਤਾਂ ਉਹ ਮਾਮਲਾ ਹਨੀ ਸੇਠੀ ਨਾਲ ਜੁੜਦਾ ਤਾਂ ਗੱਲ ਕਰਦੇ ਹਾਂ ਹਨੀ ਸੇਠੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਕਿਵੇਂ ਹਨੀ ਸੇਠੀ ਤੱਕ ਉਹ ਮਾਮਲਾ ਪਹੁੰਚਦਾ ਹੈ ਅਤੇ ਕੀ ਉਸ ਦੇ ਵਿੱਚ ਸੀ ਸਰ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਜਿਹੜਾ ਨਕੋਦਰ ਦਰਬਾਰ ਨੂੰ ਲੈ ਕੇ ਟਿੱਪਣੀ ਇੱਕ ਫੇਸਬੁੱਕ 'ਤੇ ਤੁਹਾਡੀ ਵਾਇਰਲ ਹੋ ਰਹੀ ਹੈ ਕੀ ਹੈ ਕਿ ਉਹਦੇ ਵਿੱਚ ਤੁਹਾਡੇ ਤੱਕ ਉਹ ਮਾਮਲਾ ਕਿਵੇਂ ਪਹੁੰਚਦਾ ਨਕੋਦਰ ਦਰਬਾਰ ਦਾ ਮਾਮਲਾ ਲੇਡੀਜ਼ ਵਿੱਚ ਪਈ ਹੈ ਅਤੇ ਤੁਹਾਡੇ ਤੱਕ ਉਹ ਮਾਮਲਾ ਕਿਵੇਂ ਪਹੁੰਚਦਾ ਨਕੋਦਰ ਦਰਬਾਰ ਨਾਲ ਤਾਂ ਜੁੜਿਆ ਹੋਇਆ ਕਿਉਂਕਿ ਦਰਬਾਰ ਦੇ ਨਾਮ 'ਤੇ ਇੱਕ ਪੇਜ ਬਣਾਇਆ ਜਾਂਦਾ ਵੈ ਧਾਰਮਿਕ ਆਸਥਾ ਆਪਣੇ ਪੰਜਾਬੀਆਂ 'ਚ ਬਹੁਤ ਹੈ ਉਹ ਚੀਜ਼ ਪੋਜ਼ਿਟਿਵ 'ਚ ਵੀ ਜਾਂਦੀ ਕਈ ਵਾਰ ਨੈਗੇਟਿਵ 'ਚ ਵੀ ਜਾਂਦੀ ਹੈ ਇਹਦੇ 'ਚ ਦਰਬਾਰ 'ਤੇ ਟਿੱਪਣੀ ਕਰਨ ਜੋਗੇ ਅਸੀਂ ਨਹੀਂ ਹੈਗੇ ਨਾ ਕਦੀ ਅਸੀਂ ਲਾਡੀ ਸਾਈਂ ਜੀ ਬਾਰੇ ਕਿਸੇ ਵੀ ਪੀਰ ਪੈਗੰਬਰ ਬਾਰੇ ਨਾ ਆਪਾਂ ਟਿੱਪਣੀ ਕੀਤੀ ਹੈ ਨਾ ਆਪਾਂ ਕਰਨ ਯੋਗ ਹੈਗੇ ਹਾਂ ਪਰ ਅਸੀਂ ਪੇਜ ਚਲਾਉਂਦੇ ਹਾਂ ਤੁਹਾਨੂੰ ਵੀ ਪਤਾ 3-4 ਸਾਲ ਤੋਂ ਮੈਂ ਲਗਾਤਾਰ ਇਹ ਚੀਜ਼ਾਂ 'ਚ ਸੋਸ਼ਲੀ ਐਕਟਿਵ ਹੈਗਾ ਕੰਟਰੋਵਰਸੀਆਂ ਵੀ ਹੋ ਜਾਂਦੀਆਂ ਨੇ ਚਲੋ ਜੋ ਜੋ ਹੈਗਾ ਸ਼ੈਡਿਊਲ ਚੱਲਦਾ ਹੀ ਰਹਿੰਦਾ ਸੋ ਇਸਦੇ ਆਧਾਰ ਸਾਡੇ ਕੋਲ ਮੈਸੇਜ ਆਉਂਦੇ ਹੀ ਰਹਿੰਦੇ ਨੇ ਕੋਈ ਨਾ ਕੋਈ ਕੁੜੀ ਦੇ ਜਾਂ ਕਿਸੇ ਦੇ ਵੀ ਜਿਹਨਾਂ ਨਾਲ ਧੱਕਾ ਹੁੰਦਾ ਜੇ ਕਿਸੇ ਨੂੰ 4 ਬੰਦਿਆਂ ਨੂੰ ਮੈਂ ਮਾੜਾ ਲੱਗਦਾ 4 ਨੂੰ ਮੈਂ ਵਧੀਆ ਲੱਗਦਾ ਅਤੇ ਉਹ ਹਿਸਾਬ ਨਾਲ ਆਪਣੀ ਚੀਜ਼ ਅਗਲਾ ਕਹਿੰਦਾ ਵੀ ਕਿਤੋਂ ਨਾ ਕਿਤੋਂ ਮੇਰਾ ਹੱਲ ਹੋ ਜਾਵੇ ਹੈ ਨਾ ਸੋ ਇਸੇ ਦਰਮਿਆਨ ਇੱਕ ਕੁੜੀ ਦਾ ਮੈਨੂੰ ਮੈਸੇਜ ਆਉਂਦਾ ਪਹਿਲਾਂ ਆਉਂਦਾ 1.5-2 ਮਹੀਨੇ ਪਹਿਲਾਂ ਉਹ ਮੈਸੇਜ ਆਉਂਦਾ ਵਾ ਵੀ ਇੱਦਾਂ ਕਰਕੇ ਇੱਕ ਲੁਧਿਆਣੇ ਦਾ ਸ਼ਖਸ ਹੈਗਾ ਵੀ ਉਹ ਬੰਦੇ ਨੇ ਸਾਡੇ ਨਾਲ ਇੱਦਾਂ ਮੇਰੇ ਨਾਲ ਬਲੈਕਮੇਲ ਵੀ ਕੀਤਾ ਉਹਨੇ ਅਤੇ ਮੈਂ ਦਿੱਲੀ ਤੋਂ ਰਹਿਣ ਵਾਲੀ ਹਾਂ ਇੱਦਾਂ ਇੱਦਾਂ ਚਲੋ ਅਸੀਂ ਉਹਨੂੰ ਡਾਇਰੈਕਟਲੀ ਇਨਡਾਇਰੈਕਟਲੀ ਉਹ ਮੁੰਡੇ ਨੂੰ ਕਿਹਾ ਕਿਸੇ ਬੰਦੇ ਨੂੰ ਵਿੱਚ ਪਾ ਕੇ ਵੀ ਤੁਸੀਂ ਇਹ ਬੰਦੇ ਨੂੰ ਸਮਝਾਓ ਹੈ ਨਾ ਵੀ ਉਹ ਦਰਬਾਰ ਦੀ ਬਦਨਾਮੀ ਆ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਦੁੱਧ ਧੋਤੇ ਹਾਂ ਜਾਂ ਕੁਛ ਇੱਦਾਂ ਹੈ ਨਾ ਪਰ ਕਿਸੇ ਮੰਨ ਲਓ ਵੀ ਮੈਂ ਕਿਸੇ ਗੁਰਦੁਆਰੇ ਸਾਹਿਬ ਨਾਲ ਰਿਲੇਟਡ ਹੋਵਾਂ ਉੱਥੇ ਦਾ ਪੇਜ ਮੈਂ ਚਲਾਉਂਦਾ ਹੋਵਾਂ ਉੱਥੇ ਮੈਂ ਪੇਜ 'ਤੇ ਸਪੈਸ਼ਲ ਇਹ ਲਿਖਾਂ ਵੀ ਸਿਰਫ ਕੁੜੀਆਂ ਵਾਸਤੇ ਜੇ ਗਰੁੱਪ 'ਚ ਐਡ ਹੋਣਾ ਤਾਂ ਹੈ ਨਾ ਉਹ ਹੁੰਦਾ ਇੱਕ ਬਹਿਲਾਉਣ ਫਸਲਾਉਣ ਦਾ ਤਰੀਕਾ ਇੱਕ ਬੰਦਾ ਸਿੱਧਾ ਮੈਨੂੰ ਮੈਸੇਜ ਕਰਦਾ ਵੀ ਮੈਂ ਹਨੀ ਨੂੰ ਮੈਸੇਜ ਕੀਤਾ ਇੱਕ ਮੈਂ ਉਹ ਪੇਜ ਨੂੰ ਮੈਸੇਜ ਕੀਤਾ ਇਹ ਚੀਜ਼ ਦਾ ਬੜਾ ਫਰਕ ਹੈ ਠੀਕ ਹੈ ਸੋ ਉਹ ਕੰਮ ਉਹ ਕੁੜੀ ਨਾਲ ਹੋਇਆ ਉਹਨੇ ਉਹ ਚੀਜ਼ ਨੂੰ ਮੈਸੇਜ ਕੀਤਾ ਉਹਦਾ ਸਾਈਂ ਜੀ ਦੇ ਡੇਰੇ 'ਤੇ ਇੰਟਰਸਟ ਸੀਗਾ ਅਤੇ ਉਸ ਹਿਸਾਬ ਨਾਲ ਉਹ ਵਟਸਐਪ ਗਰੁੱਪ 'ਚ ਐਡ ਹੋ ਗਈ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਵਟਸਐਪ ਗਰੁੱਪ ਚਲਾਉਣ ਵਾਲੀ ਕੋਈ ਮਹਿਲਾ ਨਹੀਂ ਕੋਈ ਬੰਦਾ ਹੀ ਹੈ
ਅਤੇ ਉਹਨੇ ਮੇਰੇ ਹਿਸਾਬ ਨਾਲ ਵੀ 9-10 ਮਹੀਨੇ ਦੀ ਤਰੀਕ ਨੂੰ ਉਹਨੇ ਦਰਬਾਰ ਨਕੋਦਰ ਦਰਬਾਰ ਜਾਣਾ ਸੀਗਾ, ਠੀਕ ਹੈ, ਅਤੇ ਨਕੋਦਰ ਦਰਬਾਰ ਜਾਣਾ ਸੀਗਾ ਅਤੇ ਉੱਥੇ ਉਹਨੇ ਪੁੱਛਿਆ ਵੀ ਉੱਥੇ ਪ੍ਰੋਗਰਾਮ ਜ਼ਿਆਦਾ ਆ ਅਤੇ ਅਸੀਂ ਐਂਟਰੀ ਕਿਤੇ VIP ਦਵਾ ਸਕਦੇ ਹਾਂ, ਜਿਵੇਂ ਅਸੀਂ ਦਰਬਾਰ ਸਾਹਿਬ ਕਹਿੰਦੇ ਹਾਂ ਵੀ ਕਿਤੇ ਸਾਨੂੰ ਲਾਈਨ 'ਚੋਂ ਜਲਦੀ ਲੰਘਾ ਦੇਣ ਕੁਛ ਇੱਦਾਂ ਦਾ, ਅਤੇ ਉਹਨੇ ਕਰਾ ਕੇ ਉਹ ਬੰਦੇ ਦੀ ਉੱਥੇ ਉਹ ਚੱਲਦੀ ਸੀਗੀ ਅਤੇ ਉਹਨੇ ਉਹਨਾਂ ਨੂੰ ਅੱਗੇ ਲਾਈਨ 'ਚ ਜਾਂ ਅੱਗੇ VIP ਸੀਟ ਦੇ ਵਿੱਚ ਉਹਨੇ ਬਿਠਾ ਤਾ ਦਰਬਾਰ ਦੇ ਵਿੱਚ, ਅਤੇ ਬਿਠਾਉਣ ਤੋਂ ਬਾਅਦ ਉਹਦਾ ਵਿਸ਼ਵਾਸ ਬਣ ਗਿਆ, ਉਹ ਆਪਸੀ ਗੱਲਬਾਤ ਕਰਦੇ ਰਹੇ, ਠੀਕ ਹੈ, ਉਹਨਾਂ ਦੀ ਆਪਸੀ ਗੱਲਬਾਤ ਹੋ ਗਈ ਅਤੇ ਉਸ ਦੇ ਨਾਮ ਤੋਂ ਬਾਅਦ ਆਪਸੀ ਉਹ ਅਟੈਚ ਵੀ ਹੋਏ, ਇੱਕ ਦੂਜੇ ਦੀਆਂ ਫੋਟੋਆਂ ਵਗੈਰਾ ਮੰਗਾਈਆਂ, ਮੁੰਡੇ ਨੇ ਆਪਣੀ ਝੂਠੀ ਬਿਮਾਰੀ ਦੱਸ ਕੇ, ਆਪਣੇ ਘਰ ਦੇ ਹਾਲਾਤ ਦੱਸ ਕੇ ਉਹ ਕੁੜੀ ਤੋਂ ਪੈਸੇ ਤੱਕ ਮੰਗਵਾਏ, ਪੈਸੇ ਖਾਧੇ ਵੀ। ਫਿਲਹਾਲ ਅੱਜ ਦੇ ਟਾਈਮ ਅਸੀਂ ਉਹ ਕਰ ਰਹੇ ਹਾਂ, ਕੱਲ੍ਹ ਸੋਮਵਾਰ ਜੋ ਅਪਡੇਟ ਹੈ ਇਸ ਕੇਸ ਦੇ ਵਿੱਚ, ਹਨਾ। ਤੁਸੀਂ ਵੀ ਉਸ ਟਾਈਮ ਕਿਹਾ ਕਿ ਅਸੀਂ ਇਸ ਕੇਸ ਨੂੰ ਜਿਹੜਾ ਵਾ ਲਗਾਤਾਰ ਅੱਗੇ ਵਧਾਵਾਂਗੇ ਅਤੇ ਬਣਦੀ ਕਾਰਵਾਈ ਜਿਹੜੀ ਉਹ ਵੀ ਕਰਵਾਵਾਂਗੇ। ਬਿਲਕੁਲ ਕਾਰਵਾਈ ਕਰਾਵਾਂਗੇ ਜੇ ਅਗਲਾ ਨਹੀਂ ਮੰਨਦਾ। ਹੁਣ ਤੁਸੀਂ ਮੇਰੀ ਕੋਈ ਪ੍ਰੋਬਲਮ ਲੈ ਕੇ ਆਏ, ਮੇਰੇ ਕਿਸੇ ਵੱਡੇ ਨੂੰ ਦੱਸ ਰਹੇ ਹੋ, ਜੇ ਮੈਂ ਉਹ ਗੱਲ ਨੂੰ ਐਗਰੀ ਨਹੀਂ ਕਰਦਾ ਹੈਗਾ, ਲੰਘ ਜਾਓ ਕੋਈ ਨਹੀਂ, ਅਤੇ ਜੇ ਮੈਂ ਉਹ ਚੀਜ਼ ਨੂੰ ਐਗਰੀ ਨਹੀਂ ਕਰਦਾ ਤਾਂ, ਜੇ ਹੁਣ ਉਹ ਬੰਦੇ ਤੱਕ ਅਸੀਂ ਗੱਲ ਪਹੁੰਚਾਈ, ਕਿਸੇ ਨੂੰ ਵਿੱਚ ਪਾਇਆ, ਉਹਨੂੰ ਪਤਾ ਲੱਗਿਆ ਵੀ ਅਸੀਂ ਉਹਦਾ ਸ਼ਰੇਆਮ ਨਾਮ ਲੈ ਕੇ ਗੱਲ ਕੀਤੀ ਹੈ ਵੀ ਭਾਈ ਤੂੰ ਹੀ ਕਿਹਾ ਅਤੇ ਤੈਨੂੰ ਹੀ ਕਹਿ ਰਹੇ ਹਾਂ, ਕੋਈ ਘੁਮਾ ਫਿਰਾ ਕੇ ਨੇ ਵੀ ਉਹ ਇਹਨੂੰ ਨਹੀਂ ਕਿਹਾ, ਇਹਨੂੰ ਨਹੀਂ ਕਿਹਾ, ਲੁਧਿਆਣੇ ਵਾਲਾ ਇੱਦਾਂ ਸ਼ਰੇਆਮ ਨਾਮ ਲਿਆ ਉਹ ਬੰਦੇ ਦੀ, ਜਿੱਥੇ ਤੱਕ ਗਲਤੀ ਸੀ, ਗਲਤੀ ਦੋਨਾਂ ਦੀ ਸੀ, ਉਹ ਕੁੜੀ ਨੇ ਵੀ ਮੰਨੀ ਹੈ, ਉਹ ਪੈਸੇ ਦੇਣ ਨੂੰ ਰਾਜ਼ੀ ਹੋ ਗਿਆ, ਕੱਲ੍ਹ ਨੂੰ ਉਹ ਆਪਣੇ ਅਕਾਊਂਟ 'ਚੋਂ ਕੁੜੀ ਦੇ ਜਿੰਨੇ ਪੈਸੇ ਲਏ ਆ ਉਹ ਪਾ ਦੂਗਾ, ਉਸ ਤੋਂ ਬਾਅਦ ਅਸੀਂ ਕੁੜੀ ਤੋਂ ਸਪਸ਼ਟੀਕਰਨ ਲੈ ਕੇ ਨੈੱਟ 'ਤੇ ਉੱਦਾਂ ਹੀ ਪਾ ਦਾਂਗੇ ਅਤੇ ਉਹ ਮੁੰਡੇ ਤੋਂ ਲਿਖ ਕੇ ਲਵਾਂਗੇ ਵੀ ਜਿਹੜੀਆਂ ਵੀ ਇਹਦੀਆਂ ਫੋਟੋਆਂ ਨੇ ਜਾਂ ਕੁਛ ਵੀ ਆ, ਉਹ ਅੱਜ ਤੋਂ ਬਾਅਦ ਕੋਈ ਡਾਟਾ ਟ੍ਰਾਂਸਫਰ ਨਹੀਂ ਹੋਊਗਾ, ਜੇ ਕਰੂਗਾ ਤਾਂ ਇਹ 'ਤੇ 276 ਦਾ ਪਰਚਾ ਕਰਾਇਆ ਜਾਊਗਾ। ਸਿਟੀ ਸਾਹਿਬ ਜਿਵੇਂ ਮੱਥਾ ਟੇਕਣ ਨੂੰ ਜਲਦਬਾਜ਼ੀ ਕਰਦੇ ਆ, ਮੱਥਾ ਟੇਕਣ ਵਾਸਤੇ ਸਿਰਫ ਇਹਨਾਂ ਦਾ ਜਿਹੜਾ ਫਰੋਡ ਹੋਇਆ ਸਿਰਫ ਵੀ ਅਸੀਂ ਪਹਿਲਾਂ ਟੇਕ ਲਵਾਂਗੇ ਮੱਥਾ? ਹਾਂ, ਮੱਥਾ ਟੇਕਣ ਦੇ ਮਾਰੇ ਇਹ ਮਤਲਬ ਕਹਿ ਸਕਦੇ ਹੋ ਵੀ ਉਹ ਬੰਦੇ ਦੀ ਚੱਲਦੀ ਸੀ ਵੀ ਹਾਈਪ ਸੀ, ਇੱਕ ਵੀ ਇੱਥੇ ਉਹਦਾ ਬੋਲਬਾਲਾ ਸੀ, ਦਰਬਾਰ 'ਚ ਉਹਦੀ ਆਉਣੀ ਜਾਣੀ ਸੀ, ਮੇਨ ਮੈਂਬਰ ਸੀ, ਹਨਾ, ਉਹ ਚੀਜ਼ਾਂ ਕਰਕੇ ਉਹ ਕੁੜੀ ਨੇ ਉਹ ਚੀਜ਼ ਆਈ। ਅਗਲੀ ਦੀ ਵੀ ਗਲਤੀ ਹੈ, ਕੋਈ ਇੱਦਾਂ ਨਹੀਂ ਵੀ ਉਹ ਮੁੰਡੇ ਦੀ ਗਲਤੀ ਹੈ, ਪਰ ਉਸ ਚੀਜ਼ ਦੇ ਜੇ ਦਰਬਾਰ ਦੇ ਪੇਜ ਤੋਂ ਤੈਨੂੰ ਇੱਕ ਬੰਦਾ ਮਿਲਿਆ ਫਿਰ ਤੂੰ ਉਹ ਤੋਂ ਪੈਸੇ ਨਹੀਂ ਖਾ ਸਕਦਾ, ਫਿਰ ਤੁਹਾਡਾ ਪਰਸਨਲ ਮੁੱਦਾ ਨਹੀਂ ਰਿਹਾ, ਉਹ ਫਿਰ ਤੁਹਾਡਾ ਉਹਦੇ ਵਿੱਚ ਪਰਸਨਲ ਮੁੱਦਾ ਨਹੀਂ ਰਿਹਾ ਹੈਗਾ, ਤੁਹਾਡਾ ਮਤਲਬ ਕਹਿਣ ਦਾ ਵੀ ਸੋਸ਼ਲੀ ਮੁੱਦਾ ਬਣ ਗਿਆ। ਤੁਹਾਡੇ ਤੱਕ ਕਿਵੇਂ ਕੰਟੈਕਟ ਕੀਤਾ ਉਸ ਕੁੜੀ ਨੇ? ਸਾਡੇ ਪੇਜ ਤੇ ਹੁਣ ਖੋਲ ਲੈਣੇ ਆਪਾਂ, ਪੇਜ ਕਿਸੇ ਨਾ ਕਿਸੇ ਦੇ ਮੈਸੇਜ ਆਉਂਦੇ ਹੀ ਰਹਿਣੇ ਆ, ਤੁਹਾਨੂੰ ਮੈਂ ਪੇਜ ਖੋਲ ਦਿੰਦਾ, ਇੰਸਟਾਗ੍ਰਾਮ ID ਖੋਲ ਦਿੰਦਾ, ਆਪਣੇ ਫੇਸਬੁੱਕ ਦਾ ਪੇਜ ਖੋਲ ਦਿੰਦਾ। ਜਿਵੇਂ ਮੰਨ ਲਓ ਹੁਣ ਮੈਂ ਇੱਕ ਕੇਸ ਹੀ ਇਹੋ ਜਿਹਾ ਅੱਗੇ ਲੈ ਕੇ ਆਇਆ, ਜਿਵੇਂ ਉਹ ਪਿਛਲੇ ਵਾਰ ਹਫ਼ਤੇ ਸੀ ਸਾਹਨੇਵਾਲ ਵਾਲਾ ਕੇਸ ਕਰਾਇਆ ਏਜੰਟ ਦਾ, ਹੁਣ ਜਿਹੜੇ ਹੋਰ ਬੰਦੇ ਫਸੇ ਹੋਣਗੇ, ਮੈਂ ਹੁਣ ਵੀ ਸ਼ਰੇਆਮ ਕੈਮਰੇ 'ਤੇ ਕਹਿਣਾ ਵੀ ਮੇਰੇ ਏਰੀਏ 'ਚ ਪੈਲ, ਦਰਾਹੇ, ਸਾਹਨੇਵਾਲ, ਬੀਜੇ, ਜਿੰਨੀ ਕੁ ਮੇਰੇ ਤੋਂ ਜਿਹਦੀ ਮਦਦ ਹੋ ਸਕਦੀ ਹੈ ਮੈਂ ਕਰੂੰਗਾ, ਗਲਤ ਨੂੰ ਗਲਤ ਕਹਿਣ ਦੀ ਜ਼ਰੂਰਤ ਰੱਖਾਂਗੇ, ਠੀਕ ਹੈ, ਸੱਚ ਦੇ ਨਾਲ ਖੜਨ ਦੀ ਜ਼ਰੂਰਤ ਰੱਖਾਂਗੇ, ਸ਼ਰੇਆਮ ਨਾਮ ਲੈ ਕੇ ਗੱਲ ਕਰਦੇ ਹਾਂ। ਫਿਰ ਇੱਦਾਂ ਦੀ ਕੁੜੀਆਂ ਨੂੰ ਦੇਖ ਕੇ ਹੋਰ ਬੜੇ ਮੈਸੇਜ ਆਉਂਦੇ ਨੇ। ਤੁਸੀਂ ਇਸ ਵੀਡੀਓ ਦੇ ਵਿੱਚ ਇਹ ਵੀ ਕਹਿ ਰਹੇ ਸੀਗੇ ਵੀ ਆਪਣੇ ਮੈਂ ਪਿੰਡ ਦੇ ਮੁੰਡਿਆਂ ਨਾਲ ਲੜਿਆ ਤੇਰੇ ਕਰਕੇ, ਵੀ ਉਹ ਕੀ ਸੀਗਾ ਮੈਟਰ? ਹਾਂ ਹਾਂ ਹਾਂ, ਉਹਦੇ ਮੁੰਡੇ ਕਰਕੇ 2-3 ਮਹੀਨੇ ਨਹੀਂ 4-5 ਮਹੀਨੇ ਪਹਿਲਾਂ ਉਹੀ ਮੁੰਡੇ ਨੇ ਕਿਸੇ ਗੁਰੂ ਸਾਹਿਬ ਬਾਰੇ ਗਲਤ ਲਿਖਤਾ ਸੀ, ਮਤਲਬ ਉਹ ਇੱਕ ਮੰਨ ਲਓ ਵੀ ਕਿਸੇ ਦੀ ਨਿਗਾਹ 'ਚੋਂ ਸਹੀ ਸੀ, ਕਿਤੇ ਨਹੀਂ, ਉਹ ਮਾਫ਼ੀ ਮੰਗ ਰਿਹਾ ਸੀ, ਪਰ ਉੱਥੇ ਬਹੁਤ ਜ਼ਿਆਦਾ ਲੋਕ ਹੈਵੀ ਹੋ ਰਹੇ ਸੀਗੇ ਮੁੰਡੇ ਤੇ ਉਹੀ ਮੁੰਡੇ ਤੇ ਜਿਹੜਾ ਤੁਸੀਂ ਜਾਣਦੇ ਸੀ ਪਹਿਲਾਂ ਉਹਨੂੰ? ਹਾਂ, ਮੈਂ ਉਹਨੂੰ ਜਾਣਦਾ ਸੀਗਾ ਪਹਿਲਾਂ, ਅਤੇ ਫਿਰ ਹੁਣ ਤਾਂ ਉਹਨੂੰ ਮੈਂ ਮਾੜਾ ਲੱਗਣਾ ਹੀ ਆ ਜਦੋਂ ਮੈਂ ਉਹਦਾ ਝੂਠ ਅੱਗੇ ਲੈ ਕੇ ਆਇਆ, ਹੈ ਨਾ,
ਅਤੇ ਉਹ ਮਤਲਬ ਉਹਨੂੰ ਉਹਦੇ ਨਾਲ ਮੈਂ ਆਪਾਂ ਜਾ ਕੇ ਖੜ੍ਹੇ, ਉਹਨੇ ਮਾਫ਼ੀ ਮੰਗੀ ਸਾਰੇ ਸਮਾਜ ਤੋਂ, ਸਿੱਖ ਸਮਾਜ ਤੋਂ ਮਾਫ਼ੀ ਮੰਗੀ। ਯਾਨੀ ਕਿ ਮੇਰੇ ਕੋਲ ਚਾਰਜ ਨਹੀਂ ਸਿੱਖ ਸਮਾਜ ਦਾ, ਪਰ ਜੇ ਕੋਈ ਝੁੱਕ ਕੇ ਮਾਫ਼ੀ ਮੰਗਦਾ ਗੁਰੂ ਸਾਹਿਬ ਵੀ ਕਹਿੰਦੇ ਨੇ ਮਾਫ਼ ਕਰ ਦੇਣਾ ਚਾਹੀਦਾ, ਉਹਨਾਂ 'ਚ ਜਾਣੇ ਜਾਣੇ 'ਚ ਭੁੱਲ ਹੋਈ ਹੈ। ਉਦੋਂ ਉਹਦੇ ਲਈ ਮੈਂ ਚੰਗਾ ਸੀ, ਉਹ ਹਰੇਕ ਮੇਰੀ ਪੋਸਟਾਂ 'ਤੇ ਕਮੈਂਟ ਕਰਦਾ ਸੀ, ਜਿੱਦਣ ਫਿਰ ਆਪਾਂ ਉਹਦਾ ਨਾਮ ਪਾਤਾ ਉਦੋਂ ਦਾ ਮਾੜਾ ਸੀ। ਹੁਣ ਉਹਨੂੰ ਪੈਸੇ ਦੇਣੇ ਹੀ ਪੈਣੇ ਆ, ਔਰ ਕੱਲ੍ਹ ਦੇ ਅੱਜ 24 ਤਰੀਕ ਹੈ ਨਾ, 25 ਤਰੀਕ ਨੂੰ ਉਹ ਪੈਸੇ ਦੇ ਦੂਗਾ, ਅਸੀਂ ਉੱਦਾਂ ਹੀ ਸਪਸ਼ਟੀਕਰਨ ਪਾ ਦਾਂਗੇ। ਕੁੜੀ ਦੀ ਵੀ ਗਲਤੀ ਆ, ਉਹਨੇ ਮੰਨੀ ਆ, ਸੋਸ਼ਲ ਮੀਡੀਆ 'ਤੇ ਔਨਲਾਈਨ ਕੈਮਰੇ 'ਤੇ ਉਹਨੇ ਆ ਕੇ ਜਵਾਬ ਦਿੱਤੇ ਨੇ ਜਿਹੜੇ ਦਿੱਤੇ ਨੇ। ਤਾਂ ਲਗਾਤਾਰ ਦੇਖਿਆ ਗਿਆ ਕਿ ਹਨੀ ਸੇਠੀ ਜੀ ਤੁਹਾਡੇ ਤੱਕ ਮਾਮਲੇ ਬਹੁਤ ਜ਼ਿਆਦਾ ਪਹੁੰਚਦੇ ਨੇ, ਤਾਂ ਲੋਕ ਟਿੱਪਣੀਆਂ ਵੀ ਕਰਦੇ ਹੁੰਦੇ ਨੇ ਵੀ ਕਿ ਹਨੀ ਸੇਠੀ ਕੋਲ ਹੀ ਕਿਉਂ ਜਾਂਦੇ, ਲੋਕ ਵੀ ਮਿਲੇ ਹੋਣਗੇ ਜਾਂ ਕੁਛ ਇੱਦਾਂ ਦੀ ਬੜੀਆਂ ਟਿੱਪਣੀਆਂ ਕਰਦੇ ਹੁੰਦੇ ਲੋਕ, ਉਹਨਾਂ ਨੂੰ ਕੀ ਕਹੋਗੇ? ਤੁਸੀਂ ਕਿੰਨੇ ਸਾਲ ਦੇ ਜਾਣਦੇ ਮੈਨੂੰ? ਤੁਸੀਂ ਕਿੰਨੇ ਸਾਲ ਦੇ ਜਾਣਦੇ? 3-4 ਸਾਲ ਤੋਂ। ਤੁਸੀਂ ਇੱਕ ਸੁਲਝੇ ਹੋਏ ਪੱਤਰਕਾਰ ਹੋ, ਤੁਹਾਡਾ ਬਹੁਤ ਵੱਡਾ ਆਧਾਰ ਹੈ। ਕਦੀ ਕੋਈ 5,000 ਦੀ ਕੰਪਲੇਂਟ ਲੈ ਕੇ ਆਇਆ ਮੇਰੀ? ਕਿਸੇ ਨੇ ਠੱਗੀ ਕਿਹਾ ਵੀ ਇਹਨੇ ਮੇਰੀ ਠੱਗੀ ਕੀਤੀ ਹੋਵੇ, ਅਸੀਂ ਲੋਕਾਂ ਦੇ ਖੁਲਾਸੇ ਕਰਦੇ ਹਾਂ, ਜੇ ਮੈਂ ਲੋਕਾਂ ਲਈ ਠੱਗ ਹੋਵਾਂ, ਜੇ ਮੈਂ ਸੇਵਾ ਦੇ ਨਾਂ 'ਤੇ? ਕਦੀ ਕਿਸੇ ਨੇ ਤੁਹਾਨੂੰ ਕਿਹਾ ਵੀ ਸੇਵਾ ਦੇ ਨਾਮ 'ਤੇ ਹਨੀ ਨੇ ਮੇਰੇ ਤੋਂ ਪੈਸੇ ਮੰਗੇ? ਅਤੇ ਇੱਥੇ ਕਿੰਨੇ ਅਸੀਂ ਕੇਸ ਕਰਦੇ ਹਾਂ ਰੋਜ਼। ਤੁਸੀਂ ਮੇਰੇ ਕੋਲ ਬੈਠੋ, ਤੁਸੀਂ ਹੁਣ ਵੀ ਬੈਠੇ ਹੋ, ਤੁਸੀਂ ਦੇਖ ਲਓ ਵੀ ਸ਼ਡਿਊਲ ਕਿਵੇਂ ਦਾ ਚੱਲਦਾ। ਜਿੰਨੀ ਕੁ ਮੈਨੂੰ ਲੱਗਦੀ ਹੈ ਮੈਨੂੰ ਕਰਨਾ ਚਾਹੀਦਾ, ਮੈਂ ਕਰ ਰਿਹਾ। ਕਿਸੇ ਨੂੰ ਕੀ? ਹਾਂ, ਇਹ ਦੱਸੋ ਵੀ ਤੂੰ ਆਹ ਕੰਮ ਗਲਤ ਕੀਤਾ। ਕਿਸੇ ਕੋਲ ਜਾਣਾ ਨਾ ਜਾਣਾ ਮੇਰੀ ਪਰਸਨਲ ਚੋਇਸ ਆ, ਮੈਂ ਕਿਸੇ ਨੂੰ ਮੰਨਾ ਨਾ ਮੰਨਾ, ਹੈ ਨਾ? ਕੋਈ ਕਿਸੇ ਨੂੰ ਉਮੀਦ ਆ, ਉਹ ਕੁੜੀ ਨੂੰ ਮੇਰੇ 'ਤੇ ਉਮੀਦ ਸੀਗੀ ਵੀ ਹਾਂ, ਅਤੇ ਉਮੀਦ ਸੱਚੀ ਵੀ ਤਾਂ ਨਿਕਲੀ ਹੈ। ਉਹ ਦਿੱਲੀ ਬੈਠੀ 300 ਕਿਲੋਮੀਟਰ 'ਤੇ, ਮੈਂ ਆਪਣੇ ਸ਼ਹਿਰ ਦੇ ਮੁੰਡਿਆਂ ਨਾਲ ਲੜਦਾ ਫਿਰਦਾ ਉਹਦੇ ਪਿੱਛੇ, ਠੀਕ ਹੈ ਨਾ? ਨਹੀਂ, ਮੈਂ ਕਹਿਣਾ ਮੈਂ ਕੀ ਲੈਣਾ ਦੇਣਾ, ਸਮਝ ਗਏ ਮੇਰੀ ਗੱਲ? ਲਗਾਤਾਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲਾਂ ਵੀ ਉਹ ਮੁੰਡੇ ਜਿਹੜੇ ਨੇ ਇਸ ਤਰ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਰਹੇ ਆ, ਤੁਹਾਡੀ ਪਹਿਲਾਂ ਮੁਲਾਕਾਤ ਹੋਈ, ਉਸ ਤੋਂ ਬਾਅਦ ਫਿਰ ਵੀ ਲਗਾਤਾਰ ਇਹ ਜਿਹੜਾ ਸਿਲਸਿਲਾ ਵਾ ਡੇਰਿਆਂ ਨੂੰ ਲੈ ਕੇ, ਗੁਰਦੁਆਰੇ ਨੂੰ ਲੈ ਕੇ ਲਗਾਤਾਰ ਕਰਦੇ ਹੁੰਦੇ ਨਜ਼ਰ ਆਉਂਦੇ ਨੇ ਵੀ ਇਹ ਸ਼ਰਾਰਤੀ ਗੁਰਦੁਆਰਿਆਂ ਅਤੇ ਡੇਰਿਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਇਹ ਤਾਂ ਹੁਣ ਉਹ ਬੰਦੇ ਦੀ ਮਾਨਸਿਕਤਾ ਖਰਾਬ ਹੈ। ਇੱਕ ਤੋਂ ਬਾਅਦ ਇੱਕ ਹੋਰ ਵੀ ਬਹੁਤ ਮੈਸੇਜ ਆਇਆ, ਜਿਹਦੀ ਫਿਤਰਤ 'ਚ ਹੀ ਧੋਖਾ ਕਰਨਾ, ਜਿਹਦੀ ਫਿਤਰਤ 'ਚ ਹੀ ਦਗੇਬਾਜ਼ੀ ਲਿਖੀ, ਉਹਨੇ ਇੱਦਾਂ ਹੀ ਕਰਨੀ ਹੈ, ਚਾਹੇ ਉਹ ਕਿਸੇ ਡੇਰੇ ਨਾਲ ਜੁੜਿਆ ਹੋਵੇ, ਚਾਹੇ ਉਹ ਕਿਸੇ ਗੁਰਦੁਆਰੇ ਨਾਲ ਜੁੜਿਆ ਹੋਵੇ। ਇਹਦੇ 'ਚ ਕੋਈ ਡੇਰਾ ਜਾਂ ਕੋਈ ਗੁਰਦੁਆਰੇ ਨੂੰ ਡੀਫੇਮ ਕਰਨ ਵਾਲੀ ਗੱਲ ਨਹੀਂ ਹੈਗੀ। ਹਾਂ, ਜਿੰਨਾ ਕੁ ਸਾਡੇ ਕੋਲ ਰੋਕਿਆ ਜਾਊਗਾ ਅਸੀਂ ਉਹ ਚੀਜ਼ ਨੂੰ ਰੋਕਾਂਗੇ। ਨਕੋਦਰ ਦਰਬਾਰ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਕਿ VIP ਪਰਸਨਸ ਨੂੰ ਅੱਗੇ ਕੀਤਾ ਜਾਂਦਾ, ਜ਼ਿਆਦਾਤਰ ਜਿਵੇਂ ਨੋਰਮਲ ਪਰਸਨ ਉੱਥੇ ਲੇਡੀਜ਼ ਗਈ ਜਾਂ ਕੋਈ ਗੱਲ ਕਰਕੇ ਜਾ ਸਕਦਾ ਵੀ ਤੁਹਾਡੇ ਨੌਨ ਦੇ ਵਿੱਚ ਇਸ ਤਰ੍ਹਾਂ ਹੈਗਾ? ਬਿਲਕੁਲ, ਜੇ ਕੁਛ ਹੁਣ ਮੰਨ ਲਓ ਵੀ ਕਿਤੇ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ, ਸਾਡੀ ਉੱਥੇ ਸ਼ਮੂਲੀਅਤ ਜ਼ਿਆਦੇ ਆ, ਅਤੇ ਅਸੀਂ ਕਿਸੇ ਨੂੰ ਅੱਗੇ ਲਿਆ ਸਕਦੇ ਹਾਂ ਕਿਉਂਕਿ ਸਾਡੀ ਉੱਥੇ ਗੱਲਬਾਤ ਜ਼ਿਆਦਾ ਹੋਊਗੀ, ਉਹ ਚੀਜ਼ ਦਾ ਫਾਇਦਾ ਉਹ ਮੁੰਡੇ ਨੇ ਚੁੱਕਿਆ। ਮੰਨ ਲਓ ਮੈਂ ਕਿਸੇ ਗੁਰਦੁਆਰੇ ਪਾਰਟੀਕੁਲਰ 'ਚ ਜ਼ਿਆਦਾ ਜਾਣਾ, ਉਹ ਸੰਸਥਾ 'ਚ ਮੇਰਾ ਜ਼ਿਆਦਾ ਆਉਣ ਜਾਣਾ, ਤਾਂ ਓਬਵੀਅਸ ਆ ਵੀ ਮੇਰੀ ਉੱਥੇ ਜ਼ਿਆਦਾ ਚੱਲਦੀ ਹੋਊਗੀ। ਹੁਣ ਇਹ ਮੇਰੇ 'ਤੇ ਆ ਵੀ ਮੈਂ ਉਹ ਚੀਜ਼ ਦੀ ਆੜ ਲੈ ਕੇ ਕਿਸੇ ਦਾ ਫਾਇਦਾ ਕਰਨਾ ਜਾਂ ਨੁਕਸਾਨ ਕਰਨਾ। ਪਿੱਛੇ ਡੇਰੇ ਦੀ ਵੀ ਬੜੀ ਗੱਲ ਉੱਠੀ ਸੀ ਵੀ ਕਹਿੰਦੇ ਵੀ ਡੇਰੇ 'ਤੇ ਘਪਲਾ ਹੋ ਰਿਹਾ ਗਾ, ਇਸ ਤਰ੍ਹਾਂ ਘਪਲੇ ਦੀ ਛੁੱਟੀ ਹੋਈ, ਉਸ ਤੋਂ ਬਾਅਦ ਜਸਵੀਰ ਸਿੰਗਰ ਉਹਨਾਂ ਨੇ ਵੀ ਟਿੱਪਣੀ ਕੀਤੀ। ਤੁਸੀਂ ਕੀ ਮੰਨਦੇ ਹੋ, ਨਕੋਦਰ ਦਰਬਾਰ ਨੂੰ ਕਿਸ ਤਰ੍ਹਾਂ ਮੰਨਦੇ ਹੋ ਕਿ ਜਿਹੜੇ ਉਹਨਾਂ ਨੇ ਟਿੱਪਣੀ ਕੀਤੀ ਸੋ ਸਹੀ ਸੀ? ਮੇਰਾ ਹਜੇ ਐਡਾ ਲੈਵਲ ਹੋਇਆ ਨਹੀਂ ਵੀ ਮੈਂ ਕਿਸੇ ਦੇ ਲੱਖਾਂ ਲੋਕਾਂ ਦੀ ਆਸਥਾ ਜਿੱਥੇ ਜੁੜੀ ਹੋਈ ਹੈ, ਠੀਕ ਹੈ, ਮੈਂ ਉਸ ਦਰਬਾਰ ਬਾਰੇ ਗਲਤ ਕੋਈ ਬਿਆਨ ਦੇਵਾਂ, ਕੋਈ ਆਪਣੀ ਸੂਝ ਬੂਝ ਦਿਖਾਵਾਂ, ਕੋਈ ਜ਼ਿਆਦਾ ਗਿਆਨ ਕਰਾਂ, ਠੀਕ ਹੈ, ਮੈਂ ਇੰਨੇ ਜੋਗਾ ਹਜੇ ਹੋਇਆ ਨਹੀਂ ਅਤੇ ਨਾ ਮੈਂ ਇੰਨੇ ਜੋਗਾ ਹੋਣਾ ਚਾਹੁੰਦਾ ਵੀ ਮੈਂ ਕਿੱਥੇ ਜਿੱਥੇ ਲੱਖਾਂ ਲੋਕ ਜੁੜੇ ਹੋਣ, ਚਾਹੇ ਉਹ ਇੱਕ ਪੱਥਰ ਨਾਲ ਜੁੜੇ ਹੋਣ। ਸਮਝੇ ਗੱਲ ਨੂੰ? ਇਹ ਪੰਜਾਬ ਦੀ ਧਰਤੀ ਹੈ, ਇਹ ਹਿੰਦੁਸਤਾਨ ਦੀ ਧਰਤੀ ਹੈ, ਇਹ ਇੰਡੀਆ ਵੈ, ਇੱਥੇ ਲੱਖਾਂ ਲੋਕਾਂ ਦੀ ਆਸਥਾ ਪੱਥਰਾਂ 'ਚ ਪਾਈ ਜਾਂਦੀ ਹੈ ਅਤੇ ਉਹ ਮੰਨਦੇ ਨੇ, ਇਹਨੂੰ ਕੌਣ ਰੋਕ ਸਕਦਾ? ਜੇ ਡੇਰੇ ਦੇ ਲੱਖਾਂ ਲੋਕ ਸ਼ਰਧਾਲੂ ਜੁੜੇ ਹੋਏ ਨੇ, ਉਹਨਾਂ ਦੀ ਸ਼ਰਧਾ ਜੁੜੀ ਹੋਈ ਹੈ, ਤਾਂ ਇਹ 'ਚ ਮੈਂ ਗਲਤ ਟਿੱਪਣੀ ਬਿਲਕੁਲ ਵੀ ਨਹੀਂ ਕਰਨਾ ਚਾਹੁੰਦਾ, ਨਾ ਅਗਲਿਆਂ ਨੂੰ ਸਮਝਾ ਸਕਦਾ। ਉਹ ਆਪਣੇ ਰਾਹ ਜਾਂਦੇ ਨੇ, ਭਗਤੀ ਕਰਦੇ ਨੇ, ਸਹੀ ਆਸਥਾ ਨਾਲ ਜਾਂਦੇ ਨੇ, ਅਤੇ ਮੈਂ ਐਡੇ ਜੋਗਾ ਨਹੀਂ ਹੋਇਆ ਵੀ ਮੈਂ ਉਹਨਾਂ ਬਾਰੇ ਕੁਛ ਗਲਤ ਬਿਆਨ ਦੇਵਾਂ। ਤੁਸੀਂ ਮੰਨ ਲਓ, ਗੱਲ ਸੁਣੋ, ਹੁਣ ਤੁਸੀਂ ਕਿਸੇ ਮੰਦਿਰ ਨੂੰ ਮੰਨਦੇ ਹੋ, ਮੈਂ ਤੁਹਾਨੂੰ ਕਿਵੇਂ ਰੋਕ ਸਕਦਾ? ਜੀ ਬਿਲਕੁਲ, ਮੇਰੇ
ਮੇਰੇ ਸਿਰ ਤੇ ਪੱਗ ਬੰਨੀ ਹੈ, ਮੇਰੇ ਸਿਰ ਤੇ ਦਮਾਲਾ ਵਾ, ਮੈਂ ਰਾਤ ਵੀ ਜਗਰਾਤੇ ਸੀ ਤੇ ਮੈਂ ਭੰਗੜਾ ਵੀ ਪਾਇਆ ਤੇ ਮੈਂ ਉਹਦੀ ਵੀਡੀਓ ਵੀ ਸੋਸ਼ਲ ਪਾ ਰਿਹਾ। ਮੈਂ ਕੋਈ ਕਿਸੇ ਤੋਂ ਡਰਦਾ ਨਹੀਂ ਹੈਗਾ, ਮੈਂ ਆਪਣਾ ਭਾਈਚਾਰਾ ਮੇਰਾ ਹਿੰਦੂਆਂ ਨਾਲ ਵੀ ਆ, ਸਿੱਖਾਂ ਨਾਲ ਤਾਂ ਹੈ ਹੀ ਹਨਾ, ਸਾਰੇ ਧਰਮਾਂ ਨਾਲ ਹੈ, ਉਹ ਮੈਂ ਕਿਸੇ ਤੋਂ ਪੁੱਛ ਕੇ ਥੋੜ੍ਹੀ ਜਾਣਾ। ਹੁਣ ਕੋਈ ਥੱਲੇ ਗਿਆਨ ਲਿਖੇ ਵੀ ਇੱਕ ਗਿਆਨੀ ਲਾਲਿਆਂ ਦੇ ਭੰਗੜਾ ਪਾ ਰਿਹਾ ਤੇ ਮੈਂ ਉਹਨੂੰ ਕੁਛ ਨਹੀਂ ਕਹਿ ਸਕਦਾ। ਸਾਹਮਣੇ ਆ ਕੇ ਕਹੇ, ਜੁਰਤ ਰੱਖੇ ਸਾਹਮਣੇ ਸਮਝਾਉਣ ਦੀ, ਫਿਰ ਮੈਂ ਉਹਨੂੰ ਸਮਝਾਊਂਗਾ ਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਲਈ ਸ਼ਹੀਦੀ ਦਿੱਤੀ, ਫਿਰ ਜੇ ਅੱਜ ਮੰਦਰ ਜਾਣਾ ਗੁਨਾਹ ਹੈ, ਜੇ ਅੱਜ ਮੰਦਰ ਜਾਣਾ ਗੁਨਾਹ ਤਾਂ ਫਿਰ ਉਹ ਗੁਰੂ ਤੇਗ ਬਹਾਦਰ ਜੀ ਬਾਰੇ ਉਹਨਾਂ ਨੇ ਤਾਂ ਕੀ ਸੋਚਣਾ ਸੀ। ਅੱਜ ਦੇ ਫੇਸਬੁੱਕੀਆਂ ਨੇ, ਫੇਸਬੁੱਕ ਅਸੀਂ ਵੀ ਚਲਾਉਂਦੇ ਹਾਂ, ਅਸੀਂ ਆਪਣੇ ਰੁਜ਼ਗਾਰ ਲਈ ਚਲਾਉਂਦੇ ਹਾਂ, ਜਿਹੜੇ ਉਹ ਤੋਂ ਪੈਸੇ ਬਣਦੇ ਆ ਉਹਨੂੰ ਸੇਵਾ 'ਚ ਵਰਤਦੇ ਹਾਂ। ਅੱਜ ਤੱਕ ਸਾਡੇ 'ਤੇ ਕੋਈ ਦਾਗ ਲੱਗਿਆ ਨਹੀਂ, ਬਹੁਤ ਇਨਕੁਆਇਰੀਆਂ ਹੋਈਆਂ ਨੇ, ਤੁਹਾਨੂੰ ਵੀ ਪਤਾ, ਠੀਕ ਹੈ, ਪਰ ਕਿਸੇ 'ਚ ਕੁਛ ਨਿਕਲ ਗਿਆ ਆ, ਤੁਸੀਂ ਦੱਸੋ। ਜਦੋਂ ਨਿਕਲੂਗਾ ਉਦੋਂ ਦੇਖਾਂਗੇ, ਜਿੱਥੇ ਮੈਂ ਗਲਤ ਹੋਊਂਗਾ ਉੱਥੇ ਮੈਂ ਝੁੱਕ ਜੂੰਗਾ, ਜਦ ਮੈਂ ਸਹੀ ਹਾਂ ਤਾਂ ਮੈਂ ਸਹੀ ਹਾਂ। ਕੀ ਲੱਗਦਾ ਹੈ ਕਿ ਹੁਣ ਨਕੋਦਰ ਦਰਬਾਰ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ, ਕਿਉਂਕਿ ਲਗਾਤਾਰ ਵੈਬਸਾਈਟਾਂ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ, ਠੱਗੀਆਂ ਵੱਧ ਰਹੀਆਂ ਨੇ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਕਈ ਬੰਦੇ ਤਾਂ ਦੇਖੋ ਇੰਸਟਾਗ੍ਰਾਮ, ਸੋਸ਼ਲ, ਯੂਟਿਊਬ ਤੋਂ ਅਤੇ ਫੇਸਬੁੱਕ ਤੋਂ ਇਨਕਮ ਆਉਂਦੀ ਹੈ, ਲੋਕਾਂ ਨੂੰ ਕਮਾਉਣਾ ਵੀ ਚਾਹੀਦਾ, ਆਪਣਾ ਆਪਣੇ ਧਰਮ ਨੂੰ ਪ੍ਰਮੋਟ ਵੀ ਕਰਨਾ ਚਾਹੀਦਾ, ਪਰ ਇਹਦੀ ਆੜ ਲੈ ਕੇ ਗਲਤ ਕੰਮ ਨਹੀਂ ਕਰਨੇ ਚਾਹੀਦੇ। ਜਿਵੇਂ ਕਿਸੇ ਨੂੰ ਬਹਿਲਾਉਣਾ ਫਸਲਾਉਣਾ, ਕੋਈ ਸਿੱਧਾ ਮੈਨੂੰ ਹਨੀ ਨੂੰ ਮੈਸੇਜ ਕਰੇ ਉਹ ਗੱਲ ਅਲੱਗ ਹੈ, ਕੋਈ ਮੇਰੇ ਆਰਡਰ ਨੰਬਰ 'ਤੇ ਮੈਸੇਜ ਕਰਕੇ ਮੈਂ ਉਹ ਕੁੜੀ ਦਾ ਨੰਬਰ, ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਤੁਹਾਨੂੰ ਕਿੱਦਾਂ, ਇੱਕ ਮੇਰੇ ਕੋਲ ਪਰਸਨਲ ਨੰਬਰ ਆ, ਇੱਕ ਮੇਰੇ ਕੋਲ ਆਰਡਰ ਨੰਬਰ ਆ, ਆਰਡਰ ਨੰਬਰ 'ਤੇ ਕਿਸੇ ਕੁੜੀ ਦਾ ਮੈਸੇਜ ਆਉਂਦਾ ਆਰਡਰ ਦੇ ਲਈ ਅਤੇ ਉਹਨੂੰ ਮੈਂ ਗਲਤ ਮਿਸਯੂਜ ਕਰਾਂ, ਮੇਰੇ ਲਈ ਬੜੀ ਘਟੀਆ ਗੱਲ ਹੈ। ਹਾਂ, ਜੇ ਉਹ ਮੈਨੂੰ ਪਰਸਨਲ ਨੰਬਰ 'ਤੇ ਮੈਸੇਜ ਕਰਦੀ ਹੈ, ਉਹਨੂੰ ਹਾਂ 'ਚ ਤਬਦੀਲ ਕਰਨਾ ਨਾ 'ਚ ਤਬਦੀਲ ਕਰਨਾ ਮੇਰੀ ਮਰਜ਼ੀ, ਕਿਉਂਕਿ ਉਹਨੇ ਗਲਤ ਇੰਟੈਂਸ਼ਨ ਨਾਲ ਮੈਸੇਜ ਕੀਤਾ ਜਾਂ ਸਹੀ ਇੰਟੈਂਸ਼ਨ ਨਾਲ ਮੈਸੇਜ ਕੀਤਾ, ਉਹਨੇ ਮੈਨੂੰ ਕੀਤਾ। ਪਰ ਜੇ ਉਹ ਸਾਡੇ ਅਫੀਸ਼ੀਅਲ ਨੰਬਰ 'ਤੇ ਆਰਡਰ ਕਰਨ ਲਈ, ਉਹਨੇ ਮੰਗੀ ਤਾਂ ਜੁੱਤੀ ਆ, ਉਹਨੇ ਮੰਗੀ ਤਾਂ ਪੰਜਾਬੀ ਜੁੱਤੀ ਆ, ਅਤੇ ਅਸੀਂ ਉਹਦੀ ਫੋਟੋ ਦੇਖ ਕੇ ਜ਼ਿਆਦਾ ਸੋਹਣੀ ਘੱਟ ਸੋਹਣੀ ਅਤੇ ਉਹਨੂੰ ਹੋਰ ਚੀਜ਼ਾਂ ਵੱਲ ਲੈ ਜੀ, ਇਹ ਚੀਜ਼ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਪੇਜ ਬਣਾਇਆ ਸਾਈਂ ਜੀ ਨੂੰ ਪ੍ਰਮੋਟ ਕਰਨ ਲਈ, ਨਕੋਦਰ ਦਰਬਾਰ ਨੂੰ ਪ੍ਰਮੋਟ ਕਰਨ ਲਈ, ਅਤੇ ਉੱਥੋਂ ਸਪੈਸ਼ਲ ਲਿਖਿਆ ਉੱਤੇ ਕੈਟਾਗਰੀ ਵੀ ਕੁੜੀਆਂ ਲਈ ਐਡ ਹੋਣ ਲਈ, ਇਹਦਾ ਕੀ ਮਤਲਬ ਹੋਇਆ? ਇਹ ਚੀਜ਼ਾਂ ਸਾਰੀਆਂ ਮੇਰੇ ਕੋਲ ਔਨ ਰਿਕਾਰਡ ਪਈਆਂ। ਜੇ ਅਗਲਾ ਗਲਤ ਸੀ, ਜੇ ਉਹਨੇ ਆਪਣੀ ਗਲਤੀ ਮੰਨੀ ਹੈ, ਫਿਰ ਉਹ ਪੈਸੇ ਦੇਣ ਨੂੰ ਤਿਆਰ ਹੋਇਆ, ਨਹੀਂ ਤਿਆਰ ਹੋਊਗਾ ਫਿਰ ਆਪਾਂ ਪਰਚਾ ਦਰਜ ਕਰਾ ਦਾਂਗੇ, ਦਰਖਾਸਤ ਦਵਾ ਦਾਂਗੇ ਕੁੜੀ ਤੋਂ, ਕਿੱਡੀ ਕੁ ਗੱਲ। ਅਤੇ ਹੁਣ ਤੱਕ ਕਿੰਨੇ ਬੰਦੇ ਉਹਦੇ ਵਿੱਚ ਦਿਖੇ ਨੇ, ਵੀ ਕਿਹੜੇ ਕਿੰਨੇ ਕੁ ਨਜ਼ਰ ਆਏ ਨੇ, ਕਿੰਨੀ ਕੁ ਵੱਡੀ ਟੀਮ ਹੈਗੀ? ਅਜੇ ਤੱਕ ਤਾਂ ਸਿਰਫ ਇੱਕੋ ਹੀ ਆ ਜਿਹਦੀ ਸ਼ਮੂਲੀਅਤ ਆਈ ਹੈ, ਮੈਂ ਜਿਹਦਾ ਨਾਮ ਲਿਆ, ਉਸ ਤੋਂ ਬਾਅਦ ਸਾਡਾ ਪੇਜ ਆ, ਅਸੀਂ ਉਹਨੂੰ 2-3 ਦਿਨ ਮੈਂ ਥੋੜ੍ਹਾ ਜਿਹਾ ਧਿਆਨ ਦਿੱਤਾ, 3-4 ਬੰਦਿਆਂ ਦੀ ਹੋਰ ਵੀ ਉਸੇ ਪਰਟੀਕੁਲਰ ਵਿਰੁੱਧ ਕੰਪਲੇਂਟ ਆਈ, ਇੱਦਾਂ ਹੋ ਸਕਦਾ ਜੇ ਉਹਨਾਂ ਨੇ ਨਹੀਂ ਕਿਸੇ ਨੇ ਠੱਗੀ ਕੀਤੀ ਹੋਊਗੀ, ਉਹ ਤੁਹਾਨੂੰ ਉੱਦਾਂ ਦੱਸ ਦੇਣਗੇ। ਅਸੀਂ ਉਹਦੀ ਫੋਟੋ ਪਾਈ ਹੈ, ਸਾਨੂੰ ਸਭ ਸਮਝ ਆ ਰਿਹਾ ਸੀ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਗਲਾ ਆਪਣੀ ਗਲਤੀ ਕਿਉਂ ਮੰਨਦਾ, ਜੇ ਉਹਨੇ ਕੁਛ ਕੀਤਾ ਤਾਂ ਹੀ ਹੈ। ਸੋ ਇਸ ਕਰਕੇ ਕੱਲ੍ਹ ਸੋਲਵ ਹੋ ਜਾਊਗਾ, ਜਿਵੇਂ ਦੀ ਗੱਲ ਚੱਲ ਰਹੀ ਹੈ, ਪੇਮੈਂਟ ਦੇਣ ਨੂੰ ਉਹ ਤਿਆਰ ਹੋ ਗਿਆ, ਅਤੇ ਉਸ ਤੋਂ ਬਾਅਦ ਕੁੜੀ ਦਾ ਸਪਸ਼ਟੀਕਰਨ ਲੈ ਕੇ ਉਹਨੂੰ ਯੂਟਿਊਬ ਅਤੇ ਫੇਸਬੁੱਕ 'ਤੇ ਅਪਲੋਡ ਕਰ ਦਿੱਤਾ ਜਾਊਗਾ। ਸਾਈਬਰ ਠੱਗੀ ਅਤੇ ਫੇਸਬੁੱਕ, ਯੂਟਿਊਬ, ਇੱਦਾਂ ਦੇ ਜ਼ਿਆਦਾ ਬਲੈਕਮੇਲਿੰਗ ਜਿਹੜੇ ਜ਼ਿਆਦਾ ਹੋ ਰਹੇ ਨੇ, ਤੁਹਾਨੂੰ ਬਹੁਤ ਲੋਕ ਦੇਖਦੇ ਨੇ, ਤੁਹਾਡੇ ਬੜੇ ਲੋਕ ਫੈਨ ਵੀ ਨੇ, ਕੀ ਕਹੋਗੇ ਉਹਨਾਂ ਲੋਕਾਂ ਨੂੰ? ਕਿਉਂਕਿ ਫੈਸ਼ਨ ਦੇ ਵਿੱਚ ਬੜੀ ਵੱਡੀ ਠੱਗੀ ਹੋ ਰਹੀ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਿੱਦਾਂ। ਜਿਵੇਂ ਹੁਣ ਅਸੀਂ ਸ਼ੂਜ਼ ਦੀਆਂ ਫੋਟੋਆਂ ਅਪਲੋਡ ਕਰਦੇ ਹਾਂ, ਬਾਹਰੋਂ ਕੈਨੇਡਾ, ਅਮਰੀਕਾ ਤੋਂ ਬਾਹਰਲੇ ਸਟੇਟ, ਬਾਹਰਲੀਆਂ ਕੰਟਰੀਜ਼ ਦੇ ਵਿੱਚੋਂ ਪੰਜਾਬੀ ਮੁੰਡੇ ਗਏ ਹੋਏ ਨੇ, ਚਲੋ ਜਿਹੜਾ ਮਰਜ਼ੀ ਆਰਡਰ ਕਰ ਸਕਦਾ ਹੈ ਨਾ, ਇਹ ਕੀ ਕਰਦੇ ਨੇ, ਕੁਛ ਕੁ ਮੁੰਡੇ ਸਾਡੀਆਂ ਵੀਡੀਓਜ਼ ਚੱਕ ਲੈਂਦੇ ਨੇ, ਮੇਰੇ ਵਾਂਗੂ ਹੋਰ ਬੜੇ ਦੁਕਾਨਦਾਰ ਇੰਸਟਾਗ੍ਰਾਮ ਔਰ ਯੂਟਿਊਬ ਔਰ ਫੇਸਬੁੱਕ ਦੁਆਰਾ ਆਪਣਾ ਸਮਾਨ ਵੇਚਦੇ ਨੇ। ਇੱਕ ਤਾਂ ਬੰਦੇ ਕੋਲ ਪੂਰਾ ਸੈਟਅਪ ਹੈ, ਟੀਮ ਹੈ, ਕੰਮ ਹੈ, ਇੱਕ ਹੁਣ ਪੇਜ ਬਣਾ ਲੈਣਾ, ਕਿਸੇ ਦੀ ਵੀਡੀਓ ਚੱਕ ਲਈ, ਮੰਨ ਲਓ ਮੈਨੂੰ ਸ਼ੂਜ਼ 2000 ਦਾ ਆਇਆ, ਮੈਂ 2500 ਦਾ ਅਪਲੋਡ ਕਰ ਲਿਆ, ਉਹਨੇ ਮੇਰੀ ਵੀਡੀਓ ਚੱਕ ਲਈ ਜਿਹਦੇ 'ਚ ਮੈਂ ਨਹੀਂ ਨਜ਼ਰ ਆ ਰਿਹਾ, ਉਹਨੇ ਚੱਕ ਕੇ ਆਪਣੇ ਪੇਜ 'ਤੇ ਪਾ ਲਈ, ਝੂਠੇ ਲਾਈਕ ਫੋਲੋਅਰਸ ਮਿਲ ਜਾਂਦੇ ਤੁਹਾਨੂੰ ਵੀ ਪਤਾ, ਠੀਕ ਹੈ, ਉਸਦੇ ਉੱਤੇ ਰੇਟ ਪਾਤਾ 999। ਲੋਕਾਂ ਨਾਲ ਇਹ ਠੱਗੀ ਇੰਨੀ ਕੁ ਜ਼ਿਆਦਾ ਹੋ ਰਹੀ ਹੈ, ਬਾਹਰਲੇ ਲੋਕਾਂ ਦੇ
ਤਿੰਨ ਤੋਂ ਚਾਰ ਤਾਂ ਕੇਸ ਮੇਰੇ ਕੋਲ ਪਏ ਆ ਜਿਹੜੇ ਦੁਕਾਨਦਾਰ ਸਮਾਨ ਨਹੀਂ ਭੇਜਦੇ। ਜਦੋਂ ਤੁਹਾਡੇ ਕੋਲ ਆਉਣ ਤਾਂ 990 ਰੁਪਏ ਮੰਗਣਗੇ ਫਿਰ ਤੁਹਾਨੂੰ? ਨਹੀਂ ਸਮਝੇ ਨਹੀਂ ਗੱਲ ਤੁਸੀਂ, ਉੱਥੇ ਆਪਣਾ ਗੂਗਲ ਪੇ ਲਾ ਦਿੰਦੇ ਨੇ। ਅੱਛਾ, ਹਾਂ ਤੁਹਾਡਾ ਕੰਮ ਪ੍ਰੋਫੈਸ਼ਨ ਪੱਤਰਕਾਰੀ ਦਾ, ਤੁਸੀਂ ਮੇਰੀਆਂ ਵੀਡੀਓ ਚੱਕ ਕੇ ਪੇਜ ਬਣਾ ਲਿਆ, ਜਾਣ ਕੇ 5000 ਦੀ ਚੀਜ਼ ਦਾ ਰੇਟ 2000 ਲਾਤਾ ਤੇ ਲੋਕਾਂ ਨੇ ਤੁਹਾਨੂੰ ਲੈਣ ਲਈ ਮੈਸੇਜ ਕਰਨੇ ਆ, ਤੁਸੀਂ ਗੂਗਲ ਪੇ 'ਚ ਪੈਸੇ ਪਵਾ ਕੇ ਉਹਨੂੰ ਬਲੌਕ। ਕਿੰਨੀ ਨਾਮ ਮੇਰਾ ਬਦਨਾਮ, ਜਾਂ ਮੰਨ ਲਓ ਵੀ ਅਗਲੇ ਨੇ ਸਸਤੀ ਚੀਜ਼ 'ਚ ਲਾਲਚ, ਹਮੇਸ਼ਾ ਬੰਦਾ ਆਪਣੇ ਲਾਲਚ 'ਚ ਫਸਦਾ, ਸਿੱਧੀ ਗੱਲ ਹੈ। ਤਾਂ ਸਿੱਟੀ ਸਾਹਿਬ, ਉਹਨਾਂ ਕੁੜੀਆਂ ਨੂੰ ਜਾਂ ਉਹਨਾਂ ਲੇਡੀਜ਼ ਨੂੰ ਕੀ ਕਹੋਗੇ ਜਿਹੜੇ ਇਹੋ ਜਿਹੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ? ਠੱਗੀ ਦਾ ਸ਼ਿਕਾਰ ਤਾਂ ਸਭ ਤੋਂ ਵੱਧ ਆਪਣੀ ਇੱਜ਼ਤ ਹੈ, ਜਿਹੜੀਆਂ ਭੈਣਾਂ ਜਾਂ ਮਾਤਾਵਾਂ ਜਾਂ ਕੁੜੀਆਂ ਛੋਟੀਆਂ ਦੇਖਦੀਆਂ ਪਈਆਂ, ਜਿਹੜੀਆਂ ਇੱਜ਼ਤਾਂ ਬਿਤਾਉਣ ਨੂੰ ਸਾਨੂੰ 50-50 ਸਾਲ ਲੱਗ ਗਏ, ਉਹਨਾਂ ਦੇ ਪਿਓ ਨੂੰ, ਉਹਦੇ ਤਾਏ ਨੂੰ, ਚਾਚੇ ਨੂੰ, ਦਾਦੇ ਨੂੰ, ਭਰਾ ਨੂੰ, ਉਹ ਆਪਾਂ ਇੱਜ਼ਤਾਂ ਕਮਰੇ 'ਚ ਬਹਿ ਕੇ ਇੱਕ ਕੈਮਰੇ 'ਚ ਫੋਟੋਆਂ ਖਿੱਚ ਖਿੱਚ ਕੇ ਆਪ ਭੇਜੀ ਜਾਂਦੇ ਹਾਂ। ਕਿੱਡੀ ਕੁ ਵਧੀਆ ਗੱਲ ਹੈ, ਆਪਾਂ ਸਿਰ 'ਤੇ ਚੁੰਨੀ ਲਾਹਣ ਪਿੱਛੇ ਲੜਨ ਵਾਲੀ ਕੌਮ 'ਚੋਂ ਹੈਗੇ ਹਾਂ, ਠੀਕ ਹੈ, ਕਿਵੇਂ ਸਿਸਟਮ ਰਿਹਾ ਹੈ ਨਾ। ਅਤੇ ਅੱਜ ਤੁਸੀਂ ਮੋਬਾਈਲ ਚੱਕ ਕੇ ਆਪ ਹੀ ਉਹਨਾਂ ਨੂੰ, ਜਿਹੜਾ ਬੰਦਾ ਤੁਹਾਡੀ ਵੀਡੀਓ ਮੰਗਵਾਊਗਾ, ਫੋਟੋ ਮੰਗਵਾਊਗਾ, ਤੁਹਾਨੂੰ ਕਿੰਨਾ ਕੁ ਸੱਚਾ ਪਿਆਰ ਕਰਦਾ ਹੋਊਗਾ, ਤੁਹਾਡੀ ਰੂਹ ਨੂੰ ਪਿਆਰ ਕਰਦਾ ਹੋਊਗਾ, ਤੁਹਾਡੇ ਜਿਸਮ ਨੂੰ ਪਿਆਰ ਕਰਦਾ ਹੋਊਗਾ। ਕਹਿਣ ਦਾ ਮਤਲਬ ਵੀ ਤੁਹਾਡੀ ਨੈਗਟ ਫੋਟੋ ਮੰਗਵਾ ਕੇ ਹੀ ਉਹ ਰਾਜੀ ਹੋਊਗਾ, ਇਹ ਕਿਹੜੇ ਪਿਆਰ ਪਰਖਣ ਦਾ ਲੈਵਲ ਹੈਗਾ। ਸੋ ਤੁਹਾਨੂੰ ਵੀ ਮਾੜਾ ਮੋਟਾ ਸਤਰਕ ਹੋਣਾ ਚਾਹੀਦਾ, ਆਪਣੀ ਇੱਜ਼ਤ, ਆਪਣੇ ਪਿਓ, ਆਪਣੇ ਭਰਾ, ਆਪਣੇ ਮਾਂ ਪਿਓ, ਆਪਣੇ ਸ਼ਰੀਕੇ ਦੀ ਸਾਰੀ ਦੇਖਣਾ ਚਾਹੀਦਾ ਵੀ ਕੀ ਸਿਸਟਮ ਹੈ। ਕੱਲ੍ਹ ਨੂੰ ਤੁਹਾਨੂੰ ਕਿਤੇ ਵਿਆਹਣਾ ਕਰਨਾ ਵੀ ਹੈ, ਹੈ ਨਾ, ਕਿੱਦਾਂ ਤੁਸੀਂ ਸਮਾਜ ਨੂੰ ਫੇਸ ਕਰੋਗੇ? ਇੱਕ ਆਪਣੀ ਪ੍ਰੋਪਰ ਪੂਰੀ ਜ਼ਿੰਦਗੀ ਕਿਸੇ ਦੇ ਹੱਥ 'ਚ ਦੇ ਦਿੰਦੇ ਹੋ ਤੁਸੀਂ, 4 ਫੋਟੋਆਂ ਭੇਜ ਕੇ, ਫਿਰ ਉਹ ਜਿਵੇਂ ਨਚਾਉਂਦਾ ਅਗਲਾ ਤੁਸੀਂ ਨੱਚਦੇ ਹਾਂ। ਕਈ ਚੀਜ਼ਾਂ ਕੁੜੀਆਂ ਦੱਸਦੀਆਂ, ਕਈ ਨਹੀਂ ਦੱਸ ਸਕਦੀਆਂ, ਬਹੁਤ ਕੁੜੀਆਂ ਨੇ ਜਿਹੜੀਆਂ ਨਹੀਂ ਦੱਸਦੀਆਂ, ਇਹੋ ਜਿਹੇ ਸ਼ਿਕਾਰ ਹੋ ਕੇ ਬੈਠੇ ਵੀ ਹੋਏ ਨੇ ਕਈ, ਜਿਵੇਂ ਤੁਹਾਡੇ ਤੱਕ ਪਹੁੰਚ ਗਈ ਉਹ ਕੁੜੀ, ਕਈ ਤਾਂ ਬੈਠੇ ਵੀ ਹੋਏ ਨੇ ਵੀ ਸਾਡੀ ਇੱਜ਼ਤ ਨੂੰ ਦਾਗ ਲੱਗੂ। ਤੁਸੀਂ ਸਮਝਦੇ ਹੋ ਵੀ ਇੱਦਾਂ ਦੀ ਕਿਤੇ ਇੱਕ ਕੁੜੀ ਹੋਣੀ ਹੈ? ਇੱਦਾਂ ਦੇ ਪਤਾ ਨਹੀਂ ਇੰਸਟਾਗ੍ਰਾਮ 'ਤੇ ਕਿੰਨੇ ਪੇਜ ਹੋਣੇ ਆ, ਅਤੇ ਪਤਾ ਨਹੀਂ ਕਿਹੜੇ ਕਿਹੜੇ ਦਰਬਾਰ ਜਾਂ ਗੁਰਦੁਆਰੇ ਜਾਂ ਕਿਸੇ ਪੇਜ ਜਾਂ ਕਿਸੇ ਸੰਸਥਾ, ਕਿਸੇ ਇਤਿਹਾਸਿਕ ਸੰਸਥਾ ਦੇ ਆੜ ਦੇ ਵਿੱਚ ਉਹਨਾਂ ਦੇ ਨਾਲ ਠੱਗੀਆਂ ਹੋਈਆਂ ਹੋਣੀਆਂ, ਉਹਨਾਂ ਦੇ ਜਿਸਮਾਂ ਨੂੰ ਲੁੱਟਿਆ ਗਿਆ ਹੋਣਾ। ਸੋ ਇਹ ਚੀਜ਼ਾਂ ਰੋਕਣ ਦੀ ਲੋੜ ਹੈ, ਆਪ ਵੀ ਸਤਰਕ ਹੋਣਾ ਚਾਹੀਦਾ ਵਾ ਬੰਦੇ ਨੂੰ ਵੀ ਥੋੜ੍ਹਾ ਜਿਹਾ।